ਅਸਲਾਮੁਅਲੈਕਮ ਤੁਸੀਂ ਵੇਖ ਰਹੇ ਨੇ 48 ਡੀ ਟੀਵੀ। ਅਸੀਂ ਅੱਜ ਪਿਪਲੀ ਪਹਾੜ ਪਾਰਕ ਵਿੱਚ ਆਏ ਹਾਂ ਭਾਈ। ਮਹਿੰਦੀ ਹਸਨ ਦੀ ਸਾਨੂੰ ਹੋਈ ਹੈ ਫਰਮਾਇਸ਼ ਮਲਕ ਸਫਦਰ ਲਾਹੌਰ ਤੋਂ। ਇਹ ਫਰਮਾਇਸ਼ ਅਸੀਂ ਇਹਦੀ ਸੁਣਾਵਾਂਗੇ। ਵੀਡੀਓ ਅੱਛੀ ਲੱਗੇ ਇਹਨੂੰ ਲਾਈਕ ਕਰਨਾ, 48 ਡੀ ਟੀਵੀ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਘੰਟੀ ਦਬਾ ਦੇਣਾ। ਨਾਲ ਡੋਲ ਅਤੇ ਸੰਗਤ ਕਰਨਗੇ ਭਾਈ ਗੁਲਾਮ ਹੁਸੈਨ। ਦੌੜਾ ਹੈ ਸੰਗ ਤਰੁੱਟ ਦੇਣ ਸਿਰੇ ਫਗਰੀਬਾਂ ਦੇ ਸੰਗੀ ਸਾਥ ਛੁੜੇ ਦਿਨ ਭੁੱਖ ਤੋਂ ਪੀੜ ਹੁੰਦੀ ਹੈ ਆਪਣਿਆਂ ਜ਼ਖਮਾਂ ਦੀ ਐ ਰੋਂਦਾ ਕੋਈ ਨਹੀਂ ਕਈ ਦੇ ਦੁੱਖ ਤੋਂ ਅਜ਼ਮਾਇਆ ਦਾਨਿਸ਼ ਹਾਏ ਝੋਲੀਆਂ ਵਿੱਚ ਸਿਰ ਸੱਜਣ ਰੱਖੇ ਦਿਨ ਸੁੱਖ ਤੋਂ ਦੰਦਾ ਬਾਹਰ ਡਹੀਂਦਾ ਤਰੁੱਟ ਜਾਵੇ ਓਏ ਜਦੋਂ ਪੀਂਘ ਪਿਆਰ ਦੇ ਰੁੱਖ ਤੋਂ ਚੋਲਾ ਸੀਤਾ ਕਰ ਉਹ ਜਿਵੇਂ ਪਾ ਬੰਦ ਕਰਨਾ ਹੈ ਉਵੇਂ ਪਿਆਰ ਵੀ ਕੀਤਾ। ਫਰਮਾਇਸ਼ ਗੀਤ ਹੈ ਜਨਾਬ। ਸੋਹਣਾ ਚੋਲਾ ਚੋਲੇ ਤੇ ਬਟਨ ਲਵਾਏ ਮਾਇਆ, ਸੋਹਣਾ ਚੋਲਾ ਚੋਲੇ ਤੇ ਬਟਨ ਲਵਾਏ ਮਾਇਆ, ਸਾਨੂੰ ਚੰਗਾ ਤੂੰ ਲੱਗਣਾ ਹੈ, ਸਾਨੂੰ ਚੰਗਾ ਤੂੰ ਲੱਗਣਾ ਹੈ, ਤੈਨੂੰ ਲੱਗਦੇ ਪਰਾਏ ਮਾਇਆ, ਸੋਹਣਾ ਚੋਲਾ ਚੋਲੇ ਤੇ ਬਟਨ ਲਵਾਏ ਮਾਇਆ। ਖਾਨ ਰਜ਼ਾਈਆਂ ਦੇ ਅਮਨ ਤੋਂ ਨਹੀਂ ਲਾਂਦੇ ਤੇਰੇ ਦੇ ਚੰਗਿਆਈਆਂ ਦੇ ਬਟਨ ਲਵਾਏ ਮਾਇਆ। ਸਾਵੇ ਘਾ ਮਾਇਆ ਅਗਾ ਮਾਇਆ ਆਪ ਨੂੰ ਲੱਗੀ ਉਹ ਵੀ ਆਇਓ ਪਤਾ ਲੱਗੀ ਆ ਤਾਂ ਮਾਇਆ ਬਟਨ ਲਵਾਏ ਮਾਇਆ। ਕਮਰਾ ਲਾ ਕੋਵੇ
ਜਿਹੜਾ ਵੀ ਚਲਾ ਕੋ ਸੋਹਣਾ ਚੋਲਾ ਚੋਲੇ ਤੇ ਬਟਾਨ ਲਵਾਏ ਮਾਇਆ ਐ ਸੋਹਣਾ ਚੋਲਾ ਚੋਲੇ ਤੇ ਬਟਾਨ ਲਵਾਏ ਮਾਇਆ ਉਹ ਸਾਨੂੰ ਚੰਗਾ ਤੂੰ ਲੱਗਣਾ ਏ ਉਹ ਸਾਨੂੰ ਚੰਗਾ ਤੂੰ ਲੱਗਣਾ ਏ ਤੈਨੂੰ ਲੱਗਦੇ ਪਰਾਏ ਮਾਇਆ ਸੋਹਣਾ ਚੋਲਾ ਚੋਲੇ ਤੇ ਬਟਾਨ ਲਵਾਏ ਮਾਇਆ ਸੋਹਣਾ ਚੋਲਾ ਚੋਲੇ ਤੇ ਬਟਾਨ